ਖੜੇ ਹਾਂ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ, ਜਿਸ ਪਾਵਨ ਪਵਿੱਤਰ ਅਸਥਾਨ ਤੋਂ 40 ਮੁਕਤਿਆਂ ਦੀ ਯਾਦ ਦੇ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ। ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ, ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਸਜਾਇਆ ਗਿਆ ਹੈ। ਪੰਜ ਪਿਆਰਿਆਂ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਸੰਗਤ ਦੇ ਵਿੱਚ ਇਸ ਨਗਰ ਕੀਰਤਨ ਦੇ ਮੌਕੇ 'ਤੇ ਬਹੁਤ ਉਤਸ਼ਾਹ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਹ ਨਗਰ ਕੀਰਤਨ ਇਸ ਪਾਵਨ ਪਵਿੱਤਰ ਧਰਤੀ ਤੋਂ ਸਜਾਇਆ ਗਿਆ। ਦੱਸ ਦਈਏ ਕਿ ਹਰ ਸਾਲ ਮਾਘੀ ਦੇ ਜੋੜ ਮੇਲ ਮੌਕੇ ਇਸ ਪਾਵਨ ਪਵਿੱਤਰ ਧਰਤੀ 'ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ, ਮੱਥਾ ਟੇਕਣ ਦੇ ਲਈ ਪਹੁੰਚਦੀ ਹੈ। ਖਾਸ ਕਰਕੇ ਮਾਘੀ ਦਾ ਇਸ਼ਨਾਨ ਵੀ ਜਿਹੜਾ ਹੈ ਉਹ ਵੀ ਪਵਿੱਤਰ ਮੰਨਿਆ ਜਾਂਦਾ ਹੈ। ਇਸ ਧਰਤੀ ਤੋਂ ਅੱਜ 40 ਮੁਕਤੀਆਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਗਿਆ ਹੈ, ਕਿਉਂਕਿ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ, ਇਹ ਉਹ ਸ਼ਹੀਦਾਂ ਦੀ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਆਖਰੀ ਜੰਗ ਲੜੀ ਸੀ। ਆਖਰੀ ਜੰਗ ਵੇਲੇ ਭਾਈ ਮਹਾਂ ਸਿੰਘ ਦੇ ਕਹਿਣ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਟੁੱਟੀ ਗੰਢੀ ਸੀ। ਇੱਥੇ ਕਈ ਇਤਿਹਾਸਕ ਅਸਥਾਨ ਨੇ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਹੈ। ਇਸ ਤੋਂ ਬਾਅਦ ਜਿਹੜਾ ਇਹ ਨਗਰ ਕੀਰਤਨ ਹੈ ਵੱਖ ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਇਸੇ ਪਾਵਨ ਪਵਿੱਤਰ ਅਸਥਾਨ 'ਤੇ ਸਮਾਪਤ ਹੋਏਗਾ। ਅਸੀਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਮੁੱਖ ਗ੍ਰੰਥੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ ਜੀ ਦੇ ਨਾਲ ਗੱਲ ਕਰਾਂਗੇ ਕਿ ਇਹ ਜਿਹੜਾ ਨਗਰ ਕੀਰਤਨ ਹੈ ਕਿੱਥੋਂ ਕਿੱਥੋਂ ਹੋਏਗਾ। ਭਾਈ ਸਾਹਿਬ ਜੀ, ਇਹ ਜਿਹੜਾ ਨਗਰ ਕੀਰਤਨ ਹੈ ਟੁੱਟੀ ਗੰਢੀ ਸਾਹਿਬ ਤੋਂ ਆਰੰਭ ਹੋਇਆ ਹੈ, ਕਿਹੜੇ ਕਿਹੜੇ ਥਾਵਾਂ ਤੋਂ ਇਹ ਗੁਜਰੇਗਾ ਅਤੇ ਸਮਾਪਤੀ ਇਹਦੀ ਕਿੱਥੇ ਹੋਏਗੀ? ਕਾਰਜੋਗ ਗੁਰੂ ਰੂਹ ਖਾਲਸਾ ਸਾਹਿਬ ਸੰਗਤ ਜੀ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਦੇ ਮੁਖਾਰਮੇ ਦੇ ਵਿੱਚੋਂ 40 ਮੁਕਤਿਆਂ ਨੂੰ ਸਨਮਾਨਿਆ ਸੀ। ਸੋ ਗੁਰਾਣਾ ਘਰ ਮੁਕਤਸਰ ਸਭ ਗੀਨ ਹੋਏ ਸਾਹਿਬ ਜੀ ਦੇ ਜਬੇ ਵੱਡੋ ਮੁਰਤ ਬੋਲੀ ਐਸੀ ਮਹਾਨ ਵਰਾਂ ਦੇ ਨਾਲ ਬਖਸ਼ਿਸ਼ ਕੀਤੀ। ਉਹ 40 ਮੁਕਤਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਮਨਾਉਂਦਿਆਂ ਹੋਇਆਂ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਅਤੇ ਨਿਸ਼ਾਨਤੀਆਂ ਦੀ ਅਗਵਾਈ ਦੇ ਵਿੱਚ ਸੰਗਤਾਂ ਦੇ ਸੰਯੋਗ ਦੇ ਨਾਲ ਸ੍ਰੀ ਦਰਬਾਰ ਸਾਹਿਬ ਵੱਲੋਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਨਗਰ ਕੀਰਤਨ ਪ੍ਰਾਰੰਭ ਹੋ ਕੇ ਇਹ ਹੌਲੀ ਹੌਲੀ ਸ਼ਹਿਰ ਦੇ ਵਿੱਚ ਵੀ ਵਿਚਰਦਾ ਹੋਇਆ ਸੰਗਤ ਜੀ ਸੰਗਤਾਂ ਦੇ ਸਤਿਕਾਰ ਹਿੱਤ ਹੁੰਦਾ ਹੋਇਆ ਸੰਗਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ। ਸੋ ਇਹ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਦਾਤਨ ਸਾਹਿਬ ਹੁੰਦਾ ਹੋਇਆ ਸ਼ਹਿਰ ਦੇ ਵਿੱਚ ਦੀ ਫਿਰ ਸ਼ਾਮ ਨੂੰ ਆਣ ਕੇ ਸਮਾਪਤੀ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਹੋਵੇਗੀ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਸੋ ਜਿਵੇਂ 40 ਮੁਕਤਿਆਂ ਨੇ ਗੁਰੂ ਘਰ ਦੇ ਨਾਲੋਂ ਬੇਮੁੱਖ ਹੋਏ ਸਨ, ਆਪਣੀ ਟੁੱਟੀ ਕਢਵਾਲੀ ਅਤੇ ਬੜੇ ਹੀ ਮਾਣ ਸਤਿਕਾਰ ਸੋ ਗੁਰਸਿੱਖੀ ਦੇ ਵਿੱਚ ਪੰਥ ਦੇ ਵਿੱਚ ਸਨਮਾਨੇ ਗਏ ਅਤੇ ਆਪਾਂ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਹਨਾਂ ਦੀ ਚਰਨ ਧੂਣੀ ਨੂੰ ਪਰਸਣ ਵਾਸਤੇ ਪਵਨ ਅਸਥਾਨ 'ਤੇ ਹਰ ਸਾਲ ਹਾਜ਼ਰੀਆਂ ਭਰਦੇ ਹਾਂ। ਸਾਨੂੰ ਵੀ ਜਿਹੜਾ ਗੁਰੂ ਦੇ ਨਾਲੋਂ ਬੇਮੁੱਖ ਹੋਏ ਹਾਂ, ਸੋ ਕਾਬਿਲ ਸੂਰਤ ਨਹੀਂ ਹਾਂ, ਨਸ਼ਿਆਂ ਦੇ ਵਿੱਚ ਅਦਾਕਾਰ ਹੋਏ ਹੋਏ ਹਾਂ। ਸਾਨੂੰ ਵੀ ਨਸ਼ੇ ਛੱਡ ਕੇ ਸੋ ਮਨਮੁੱਖਾਂ ਵਾਲੀ ਹਾਲਤ ਛੱਡ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ, ਗੁਰੂ ਦੇ ਨਾਲ ਜੁੜ ਜਾਣਾ ਚਾਹੀਦਾ ਹੈ, ਸੁਖੁਦ ਸਿੱਖੀ ਦੀ ਰਹਿਤ ਮਰਿਆਦਾ ਦੇ ਨਾਲ ਜੁੜਨਾ ਚਾਹੀਦਾ। ਇਹਨਾਂ ਬਚਨਾਂ ਦੇ ਨਾਲ ਹੀ ਸਤਿਕਾਰ ਹਿੱਤ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ 'ਤੇ ਦਿਆਲ ਸਿੰਘ ਕੋਲਿਆਂ ਵਾਲੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਕਹਿਣਾ ਉਹਨਾਂ ਦਾ ਇਸ ਪਾਵਨ ਪਵਿੱਤਰ ਅਸਥਾਨ 'ਤੇ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ 'ਤੇ, ਕੀ ਕਹਿੰਦੇ ਨੇ ਦਿਆਲ ਸਿੰਘ ਕੋਲਿਆਂ ਵਾਲੇ, ਕੀ ਕਹੋਗੇ ਜੀ ਇਸ ਪਾਵਨ ਪਵਿੱਤਰ ਅਸਥਾਨ ਤੋਂ ਅੱਜ ਨਗਰ ਕੀਰਤਨ ਸਜਾਇਆ ਗਿਆ, ਵੱਡੀ ਤਾਦਾਦ ਦੇ ਵਿੱਚ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ 'ਤੇ ਪਹੁੰਚੀਆਂ ਨੇ? ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦਸ਼ਮੇਸ਼ ਪਿਤਾ, ਸਰਪੰਚ ਸਦਾਨੀ, ਜਿਨ੍ਹਾਂ ਦੇ ਇਸ ਪਵਿੱਤਰ ਸ਼ੁੱਧ ਪਾਵਨ ਪਵਿੱਤਰ ਧਰਤੀ ਦੇ ਚੁੱਟੀ ਗੰਢੀ ਵਿਖੇ ਤੋਂ ਨਗਰ ਕੀਰਤਨ ਆਰੰਭ ਹੋ ਰਿਹਾ। ਮੈਂ ਜੋ 40 ਮੁਕਤਿਆਂ ਦੇ ਸਥਾਨ 'ਤੇ ਜੋ ਯਾਦ ਵਿੱਚ ਮਨਾਇਆ ਜਾ ਰਿਹਾ ਹੈ, ਜੋ ਸੰਗਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਹਨ, ਔਰ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 40 ਮੁਕਤਿਆਂ ਦੇ ਉੱਤੇ ਬਦਾਵਾ ਪਾੜਿਆ ਸੀ, ਮੈਂ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ, ਜੀ ਆਇਆਂ ਆਖਦਾ। ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤੋਂ ਤਸਵੀਰਾਂ ਦਿਖਾਉਂਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਪਾਵਨ ਪਵਿੱਤਰ ਅਸਥਾਨ 'ਤੇ। ਭਾਈ ਜੀ ਮੇਰਾ ਨਾਮ ਕਮਰ ਆ ਜੀ, ਮੈਨੂੰ ਸਾਂਝੀਵਾਲ ਸਪੋਰਟਸ ਵੈਲਫੇਅਰ ਕਲੱਬ ਦਾ ਮੈਂ ਪ੍ਰਧਾਨ ਹਾਂ ਜੀ। ਸਾਨੂੰ 20 ਸਾਲ ਹੋ ਗਏ ਲੰਗਰ ਲਾਉਂਦਿਆਂ ਨੂੰ, ਮੇਲੇ ਮਾਘੀ 'ਤੇ ਹਰ ਸਾਲ ਸੰਗਤ ਆਉਂਦੀ ਆ, ਧੂਮਧਾਮ ਨਾਲ ਸੰਗਤ ਆਉਂਦੀ ਆ ਜੀ, ਸ਼ਰਧਾ ਨਾਲ ਬਹੁਤ ਸ਼ਰਧਾ ਨਾਲ ਲੰਗਰ ਲਾ ਰਹੇ ਹਾਂ ਜੀ। ਹੁਣ ਅੱਜ ਹੋਲਾ ਮਹੱਲਾ ਅਸੀਂ ਲੰਗਰ ਹੋਲੇ ਮਹੱਲੇ ਦੇ ਨਾਲ ਨਗਰ ਕੀਰਤਨ ਰਿਹਾ, ਨਗਰ ਕੀਰਤਨ ਦੇ ਨਾਲ ਨਾਲ ਅਸੀਂ ਜਾਵਾਂਗੇ, ਜਿੰਨਾ ਟਾਈਮ ਲੰਗਰ ਕੀਰਤਨ ਉੱਥੇ ਪਹੁੰਚਦਾ ਨਹੀਂ ਗਾ ਟਿੱਬੀ ਸਾਹਿਬ ਗੁਰਦੁਆਰੇ ਤੱਕ, ਉਹਨਾਂ ਇੱਕ ਲੰਗਰ ਸਾਡਾ ਚੱਲਦਾ ਜਾਊਗਾ ਜੀ। 20 ਸਾਲ ਹੋ ਗਏ ਸਾਨੂੰ ਲੰਗਰ ਲਾਉਣ।